ਸੰਗਰੂਰ ਤੋਂ MP ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਮਾਨ ਵੱਲੋਂ ਇੱਕ ਪਿੰਡ ਵਿਖੇ ਕਿਸਾਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ 5 ਜੀਆਂ ਵੱਲੋਂ ਕਿਸਾਨੀ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਗਈ ਹੈ। ਮੀਡੀਆ ਨਾਲ ਮੁਖਾਤਬ ਹੁੰਦੇ ਹੋਏ ਭਗਵੰਤ ਮਾਨ ਦੀਆਂ ਅੱਖਾਂ ਵਿੱਚੋਂ ਹੰਝੂ ਹੈ ਤੁਰੇ। ਤੁਸੀਂ ਵੀ ਦੇਖੋ ਪੂਰਾ ਵੀਡੀਓ। ਬੜਾ ਦੁਖਦਾਇਕ ਪਹਿਲੂ ਹੈ ਪੰਜਾਬ ਦਾ ਇਹ ਕਿ ਹਰ ਰੋਜ਼ ਅਖਬਾਰਾਂ 'ਚ 4-5 ਇਹੋ ਜਿਹੀਆਂ ਖਬਰਾਂ ਹੁੰਦੀਆਂ ਨੇ ਜਿਸ 'ਚ ਕਿਸਾਨ ਦੀਆਂ ਖੁਦਕੁਸ਼ੀਆਂ ਦੀ ਗੱਲ ਹੁੰਦੀ ਹੈ। ਔਰ ਇਸ ਪਰਿਵਾਰ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਟ੍ਰੈਜਡੀ ਇਸ ਗੱਲ ਦੀ ਹੈ ਕਿ ਚੌਥੀ ਪੀੜ੍ਹੀ ਜਿਹੜੀ ਆ ਉਹ ਕਰਜ਼ੇ ਦੀ ਲਪੇਟ ਜਾ ਗਈ। ਅਤੇ ਇਹਨਾਂ ਦੇ ਪਿਤਾ ਜੀ ਨੇ ਉਸ ਦਿਨ ਸੁਸਾਈਡ ਕੀਤਾ ਸੀ ਜਿਸ ਦਿਨ ਕੈਪਟਨ ਸਾਹਿਬ ਨੇ ਮਾਨਸਾ ਤੋਂ ਕਰਜ਼ਾ ਮਾਫ਼ੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸੋ ਮਤਲਬ ਚੌਥੀ ਪੀੜ੍ਹੀ ਕਰਜ਼ੇ ਥੱਲੇ ਦੱਬੀ ਗਈ। ਪਹਿਲਾਂ ਬਿਮਾਰੀਆਂ ਹੁੰਦੀਆਂ ਸੀ, ਸਾਹ, ਦਮਾ, ਚੇਚਕ, ਤਪਦਿਕ, ਇਹੋ ਜਿਹੀਆਂ ਵੀ ਜਿਹੜੀਆਂ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਹੁੰਦੀਆਂ ਸੀ। ਹੁਣ ਕਰਜ਼ਾ ਵੱਡੀ ਬਿਮਾਰੀ ਬਣ ਗਿਆ ਜੀ, ਉਹ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦਾ। ਹੁਣ ਇਸ ਮੁੰਡੇ ਦੇ 22-23 ਸਾਲ ਦਾ ਨੌਜਵਾਨ ਮੁੰਡਾ ਸੀ, ਨੋਨ ਮੈਡੀਕਲ ਨਾਲ ਪਲੱਸ 2 ਕੀਤੀ ਸੀ, ਬਾਪੂ ਦੀ ਸੁਸਾਈਡ ਵੇਲੇ ਪੜ੍ਹਾਈ ਛੱਡਣੀ ਪੈ ਗਈ। ਅਤੇ ਹੁਣ ਕਰਜ਼ਾ ਜਿਹੜਾ ਇੰਨਾ ਜ਼ਿਆਦਾ ਵਿਆਜ ਦਰ ਵਿਆਜ ਲੱਗੇ ਹੋ ਜਾਂਦਾ, ਅਤੇ ਉਹਨੇ ਐਡਾ ਵੱਡਾ ਸਟੈਪ ਚੱਕ ਲਿਆ। ਅਤੇ ਸਰਕਾਰ ਵੱਲੋਂ ਮੈਨੂੰ ਪਤਾ ਲੱਗਿਆ ਪਿੰਡ ਦੇ ਮੋਹਤਵਰ ਸੱਜਣਾਂ ਤੋਂ ਕਿ ਸੁਸਾਇਟੀ ਦਾ ਕਰਜ਼ਾ ਵੀ ਨਹੀਂ ਮਾਫ਼ ਹੋਇਆ ਜਿਹੜਾ ਕਿ ਇਹਨਾਂ ਨੇ ਕਿਹਾ ਸੀਗਾ। ਸੋ ਕੈਪਟਨ ਸਾਹਿਬ ਦੇ ਕਰਜ਼ਾ ਮਾਫ਼ੀ ਦੇ ਪ੍ਰੋਗਰਾਮ 'ਤੇ ਬਹੁਤ ਮੂੰਹ 'ਤੇ ਬਹੁਤ ਵੱਡੀ ਚਪੇੜ ਹੈ ਇਹ ਕਿ ਸਾਡੀਆਂ 4-4 ਪੀੜ੍ਹੀਆਂ ਖੁਦਕੁਸ਼ੀ ਕਰ ਰਹੀਆਂ ਨੇ, ਇਹ ਆਪਦੀ ਤੀਜੀਆਂ ਪੀੜ੍ਹੀਆਂ ਨੂੰ ਬਾਦਲ 'ਤੇ ਕੈਪਟਨ ਲਾਂਚ ਕਰ ਰਹੇ ਨੇ। ਸੁਖਬੀਰ ਬਾਦਲ ਆਪਦੇ ਮੁੰਡੇ ਨੂੰ ਲੀਡਰ ਬਣਾਉਣ ਵਾਸਤੇ ਲਾਂਚ ਕਰ ਰਿਹਾ ਹੈ, ਇਹ ਆਪਦੇ ਦੋਤੇ ਨੂੰ ਕਰ ਰਿਹਾ ਕੈਪਟਨ। ਸਾਡੀਆਂ 4-4 ਪੀੜ੍ਹੀਆਂ ਮਰ ਗਈਆਂ। ਕੋਈ ਆ ਕੇ ਇੱਥੇ ਕੋਈ DCSDM ਤਹਿਸੀਲਦਾਰ ਨਹੀਂ ਆਇਆ ਇਹਨਾਂ ਦੇ ਘਰ, ਇੰਨੇ ਪੱਥਰ ਹੋ ਗਏ। ਇਹ ਪੌੜੀ ਦੇ ਉੱਤੇ ਲਿਖਿਆ ਹੋਇਆ ਸ਼ੌਂਕੀ ਪੁੱਤ ਬਾਪੂ ਦਾ, ਨਾ ਸ਼ੌਂਕੀ ਰਿਹਾ ਨਾ ਬਾਪੂ ਰਿਹਾ। ਚੌਥੀ ਪੀੜ੍ਹੀ ਨੇ ਸੁਸਾਈਡ ਕਰ ਲਿਆ, 5ਵਾਂ ਬੰਦਾ ਇਸ ਪਰਿਵਾਰ ਦਾ ਜਿਹੜਾ ਸੁਸਾਈਡ ਕਰ ਗਿਆ। ਇਹ ਵੱਡੇ ਵੱਡੇ ਬਿਆਨ ਦੇਣ 'ਤੇ ਰਹਿੰਦੇ ਨੇ। ਸੋ ਬਹੁਤ ਉਦਾਸੀ ਦਾ ਪਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ, ਲੋਕਾਂ ਵਾਸਤੇ। ਲੋਕ ਮਰੀ ਜਾਂਦੇ, ਇਹਨਾਂ ਦੀਆਂ ਟਰਾਂਸਪੋਰਟਾਂ ਵਧੀ ਜਾਂਦੀਆਂ, ਕਿਲੇ ਪਾਈ ਜਾਂਦੇ ਆ। ਸੈਡ ਨਹੀਂ, ਸ਼ਰਮ ਦੀ ਗੱਲ ਹੈ ਕਿ ਕੋਈ ਆ ਕੇ ਇੱਥੇ ਕੋਈ ਦੁੱਖ ਵੀ ਨਹੀਂ ਬਟਾਉਣਾ ਯਾਰ, ਇੰਨੇ ਪੱਥਰ ਹੋ ਗਏ। ਖੈਰ ਮੈਂ ਇੰਡੀਵਿਜੁਅਲ ਨਹੀਂ ਕਰ ਸਕਦਾ, ਪਰ ਮੈਂ NGOs ਮੇਰੇ ਦੋਸਤ ਹੈਗੇ ਨੇ ਬਹੁਤ ਸਾਰੇ ਬਾਹਰਲੇ ਮੁਲਕਾਂ ਤੋਂ, ਜਿਹੜੇ ਇਸ ਤਰ੍ਹਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ, ਮੈਂ ਇਹਨਾਂ ਦੀ ਬੇਟੀ ਦੇ ਵਿਆਹ ਵਾਸਤੇ ਅਸੀਂ ਸਾਰਾ ਪ੍ਰਬੰਧ ਕਰਾਂਗੇ ਜੀ। ਕਰਜ਼ੇ ਦਾ ਤਾਂ ਦੇਖੋ ਮੈਨੂੰ ਨਹੀਂ ਪਤਾ ਕਿੰਨਾ ਕਰਜ਼ਾ ਜਾਂ ਉਹਦਾ, ਨਹੀਂ MP ਫੰਡ 'ਚ ਤਾਂ ਨਹੀਂ ਹੋ ਸਕਦਾ ਉਹ, ਪਰ ਇਹਨਾਂ ਦੇ ਪਿਤਾ ਜੀ ਦੀ ਫਾਈਲ ਪਈ ਹੈ ਪਹਿਲਾਂ DC ਕੋਲ ਬਰਨਾਲੇ, ਜਿਨ੍ਹਾਂ ਨੇ ਸੁਸਾਈਡ ਕਰ ਲਿਆ ਕਰਜ਼ੇ ਕਰਕੇ, ਉਹਨਾਂ ਤਾਂ ਵੈਸੇ ਮਾਫ਼ ਕਹਿੰਦੇ ਸੀ ਜੇ ਸੁਸਾਈਡ ਕਰ ਲਿਆ ਤਾਂ ਮਾਫ਼ ਕਰਦਾ, ਕਿੱਥੇ ਗਿਆ ਉਹ? ਇਹ ਸਭ ਗੱਲਾਂ ਹੀ ਇਹਨਾਂ ਦੀਆਂ। ਇਹਨਾਂ ਦੇ ਪਿਤਾ ਜੀ ਦੀ ਫਾਈਲ ਪਈ ਹੈ ਜੇ ਉੱਥੇ ਖੇਤੀਬਾੜੀ ਵਿਭਾਗ 'ਚ ਘੁੰਮੀ ਜਾਂਦੀ ਹੈ। ਪਰਿਵਾਰ ਨੇ ਦੱਸਿਆ ਕਿ ਮਤਲਬ ਸਿਰਫ ਬੁਢਾਪਾ ਪੈਨਸ਼ਨ ਦਾ, ਵਿਧਵਾ ਪੈਨਸ਼ਨ ਦਾ 750 ਰੁਪਇਆ ਆਉਂਦਾ, ਅਤੇ ਉਹਦੇ ਨਾਲ ਨੀਲੇ ਪੀਲੇ ਕਾਰਡਾਂ ਨਾਲ ਤੁਸੀਂ ਕਰਜ਼ੇ ਲਾ ਲਉਂਗੇ 12-13 ਲੱਖ ਦੇ। ਸਰਕਾਰਾਂ ਨੂੰ ਬਿਲਕੁਲ ਬੇਲ ਆਊਟ ਕਰਨਾ ਚਾਹੀਦਾ ਕਿਸਾਨੀ ਨੂੰ, ਜਿਵੇਂ ਮਰਜ਼ੀ ਕਰਨ, ਚਾਹੇ ਫਾਈਨੈਂਸ਼ੀਅਲ ਐਮਰਜੈਂਸੀ ਲਾਉਣ 'ਚੋਂ ਮਰਜ਼ੀ ਕਰਨ, ਕਿਸਾਨੀ ਨੂੰ ਇਸ ਚੱਕਰ 'ਚੋਂ ਕੱਢੋ। ਹੁਣ ਇਹ ਸ਼ੁਰੂ ਕਿੱਥੋਂ ਹੋਇਆ ਤੁਸੀਂ ਜੜ ਦੇਖੋ ਕਿੱਥੇ ਇਹਦੀ, 13-14 ਕਿੱਲੇ ਠੇਕੇ 'ਤੇ ਲੈ ਕੇ ਵੀ ਖੇਤੀ ਕਰਦੇ ਰਹੇ ਨੇ। ਗੜੇ ਪੈ ਗਏ, ਗੜੇ ਮਾਰ ਹੋ ਗਏ, ਉਹ 'ਚ ਫਸਲ ਮਾਰੀ ਗਈ, ਇੱਕ ਫਸਲ ਮਾਰੀ ਗਈ, ਕਬੀਲਦਾਰੀ ਲੀਹ ਤੋਂ ਲੈ ਗਈ। ਜੇ ਉਹ ਗੜੇ ਮਾਰੀ ਦੀ ਮੁਆਵਜ਼ਾ ਮਿਲ ਜਾਂਦਾ, ਸ਼ਾਇਦ ਇਹ ਪਰਿਵਾਰ ਅੱਜ ਇੱਥੇ ਖੁਸ਼ੀਆਂ ਹੋਣੀਆਂ ਸੀ, ਗਿੱਧੇ ਪੈਂਦੇ ਹੋਣੇ ਜਿੱਥੇ ਅੱਜ 70 ਵਿਸ਼ੇ ਹੋਏ ਨੇ। ਮੈਂ ਤਾਂ ਚਾਹੂੰਗਾ ਕਿ ਇਹਨਾਂ ਨੂੰ ਕੰਪਨਸੇਸ਼ਨ ਦੇਣਾ ਚਾਹੀਦਾ ਗੌਰਮੈਂਟ ਨੂੰ,
ਕਿ ਸਾਰਾ ਕਰਜ਼ਾ ਮਾਫ਼ ਕਰਕੇ ਬਲਕਿ ਇਸ ਪਰਿਵਾਰ ਨੂੰ ਲੀਹ 'ਤੇ ਲਿਆਉਣ ਵਾਸਤੇ ਸਰਕਾਰ ਨੂੰ ਹੈਲਪ ਵੀ ਕਰਨੀ ਚਾਹੀਦੀ ਹੈ ਆਰਥਿਕ ਤੌਰ 'ਤੇ। ਪਰ ਮੈਨੂੰ ਪਤਾ ਸਰਕਾਰਾਂ ਨੇ ਕਰਨਾ ਕੀ, ਇਹਨਾਂ ਨੇ ਕਰਨਗੇ ਤਾਂ ਲੋਕ ਹੀ ਕਰਨਗੇ ਆਪਸ 'ਚ ਇਕੱਠੇ ਹੋ ਕੇ, ਜਿਹੜਾ ਪਿੰਡ 'ਚੋਂ ਇਕੱਠੇ ਕਰਨਗੇ, ਢਾਲ ਪਾਉਣਗੇ ਜਾਂ ਕੁਛ ਕਰਨਗੇ। ਆ ਲੋਕ ਆ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ, ਸਰਕਾਰਾਂ ਕੁਛ ਨਹੀਂ ਕਰ ਰਹੀਆਂ, ਉਹ ਤਾਂ ਬੈਠੇ ਨੇ ਮਹਿਲਾਂ 'ਚ ਆਪਦੇ ਬਸ। ਕੋਈ ਗੱਲ ਨਹੀਂ, ਲੋਕ ਜਦੋਂ ਲੋਕਾਂ ਕੋਲ ਜਵਾਬ ਦੇਣ ਦਾ ਟਾਈਮ ਆ ਉਹ ਦੇ ਦੇਣਗੇ ਜਵਾਬ। ਦੇਖੋ ਮੈਨੂੰ ਵੀ ਮਿਲੇ ਸੀਗੇ ਉਹ ਮਾਸਟਰ ਪ੍ਰੇਮ ਜੀ, ਸਾਡੀ ਪਾਰਟੀ ਦੇ ਸੀਨੀਅਰ ਮੈਂਬਰ ਵੀ ਨੇ, ਅਹੁਦੇਦਾਰ ਵੀ ਨੇ, ਅਤੇ ਉਹ ਉਹਨਾਂ ਦਾ ਨਾਮ ਸੀ ਉਦੋਂ, ਪਹਿਲਾਂ ਉਹਨਾਂ ਦਾ ਨਾਮ ਨਿਕਲ ਗਿਆ ਸੀ, ਬਾਰੀ ਹੋ ਗਈ ਸੀ। ਸੁਪਰੀਮ ਕੋਰਟ ਦਾ ਫੈਸਲਾ ਹੈ, ਦੇਖੋ ਕਾਨੂੰਨ ਨੀ ਮਾਹਰਾਂ ਮੁਤਾਬਕ ਚੱਲਣਾ ਪਊਗਾ। ਸੋ ਅਸੀਂ MLA ਸਾਹਿਬ ਜਦੋਂ ਅਸੀਂ ਗਏ ਸੀਗੇ ਪਿੰਡਾਂ 'ਚ, ਜਦੋਂ ਕਿਹੜਾ ਪਿੰਡ ਸੀਗਾ ਆਪਣਾ ਸਿੱਖ, ਗਏ ਸੀਗੇ ਅਸੀਂ, ਸਾਡਾ MP ਸਾਡੇ ਘਰ ਦੇ ਤਹਿਤ ਉੱਥੇ ਸਾਨੂੰ ਮਿਲੇ ਸੀ ਉਹ ਸਾਰੇ ਕਮੇਟੀ ਵਾਲੇ। ਅਸੀਂ ਉਹਨਾਂ ਨੇ ਇਹੀ ਕਿਹਾ ਸੀ ਕਿ ਆਪਾਂ ਜੇ ਕੋਈ ਦਿੱਲੀ ਤੋਂ ਕਾਨੂੰਨੀ ਮਾਹਰਾਂ ਦੀ ਰਾਏ ਲੈਣੀ ਪਊਗੀ ਤਾਂ ਉਹ ਲੈ ਲਾਂਗੇ, ਅਤੇ ਉਹ ਕਿਉਂਕਿ ਸੁਪਰੀਮ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ, ਅਤੇ ਰਾਜਪਾਲ ਸਾਹਿਬ ਇਹ ਮਤਲਬ ਉਹ ਉਹਨਾਂ ਨੇ ਉਸ ਦਿਨ ਵੀ ਗੱਲ ਕੀਤੀ ਸੀ ਰਿਵਿਊ ਕਰ ਸਕਦੇ ਆ ਇਸ ਫੈਸਲੇ ਨੂੰ। ਮੈਂ ਤਾਂ ਉਸੇ ਦਿਨ ਕਿਹਾ ਸੀ ਕਿ ਤੁਸੀਂ, ਅਸੀਂ ਉਹਨਾਂ ਦੀ ਹਰ ਸੰਭਵ ਹੈਲਪ ਕਰਾਂਗੇ ਕਾਨੂੰਨੀ ਤੌਰ 'ਤੇ। ਉਹ ਤਾਂ ਅਸੀਂ ਤਾਂ ਪਹਿਲਾਂ ਹਰ ਵਾਰ ਸੀ ਤਾਂ ਅਸੀਂ ਜਾਂਦੇ ਰਹੇ ਹਾਂ। ਸੋ ਦੋਨਾਂ ਨੂੰ ਤਾਂ ਸੰਘਰਸ਼ ਲੜਿਆ ਗਾ, ਅਤੇ ਹਾਂਜੀ ਅੱਜ ਹਾਂਜੀ, ਸੋ ਅਸੀਂ ਤਾਂ ਉਹਨਾਂ ਦਾ ਪਹਿਲੇ ਦਿਨ ਸਾਥ ਦੇ ਰਹੇ ਹਾਂ ਜੀ। ਸੋ ਜਿਹੜੇ ਬੰਦੇ ਕੁਝ ਹੱਕ ਦੀ ਆਵਾਜ਼ ਉਠਾ ਰਹੇ ਨੇ ਉਹਨਾਂ ਨੂੰ ਤੁਸੀਂ ਸਜ਼ਾਵਾਂ ਦੇ ਰਹੇ ਹੋ, ਪਤਾ ਨਹੀਂ ਕਿਸ ਤਰ੍ਹਾਂ ਦਾ। ਚਲੋ ਮੈਂ ਉਹਨੂੰ ਬੋਲ ਨਹੀਂ ਸਕਦਾ ਕਿਉਂਕਿ ਸੁਪਰੀਮ ਕੋਰਟ, ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ, ਪਰ ਰਿਵਿਊ ਕਰ ਸਕਦੇ ਨੇ, ਰੇਅਰੈਸਟ ਆਫ ਰੇਅਰ ਕੇਸਾਂ ਦੇ ਵਿੱਚ ਆ ਸਕਦੇ। ਸਰ ਇੱਕ ਛੋਟਾ ਸਵਾਲ, ਬਹੁਤ ਦੁੱਖ ਦੀ ਘੜੀ ਹੈ, ਤੁਸੀਂ ਹਰਦਮ ਖੜ੍ਹੇ ਪੰਜਾਬ ਨਾਲ, ਇਹ ਚੁਣੌਤੀ ਜਾਣੇ ਜਾਂਦੇ ਪੰਜਾਬ ਦੇ ਹੱਕਾਂ ਲਈ, ਤੁਸੀਂ ਸੰਸਦ ਦੇ ਵਿੱਚ ਬੋਲਦੇ ਹੋ, ਕੀ ਇਹ ਜਿਹੜੇ ਪਰਿਵਾਰ ਨਾਲ ਇੰਨੀ ਟ੍ਰੈਜਡੀ ਹੋ ਗਈ, 4-5 ਬੰਦੇ ਚਲੇ ਗਏ ਸੰਸਦ ਦੇ ਵਿੱਚ? ਪਰ ਸੰਸਦ 'ਚ ਬੋਲਣਾ ਕੀ ਮਤਲਬ, ਇਹ ਕੋਈ ਉਹ ਨਹੀਂ ਗੱਲ, ਮੈਂ ਬੋਲ ਪਊਂਗਾ ਪਰ ਇਹਦਾ ਪਰਿਵਾਰ ਥੋੜ੍ਹੀ ਜੀ ਥੋੜ੍ਹੀ ਆ ਜਾਊਗਾ। ਮੈਂ ਰੋਜ਼ ਬੋਲਦਾ ਵੀ ਕਿਸਾਨ ਖੁਦਕੁਸ਼ੀਆਂ ਕਰ ਰਿਹਾ, ਮੈਂ ਹਰ ਰੋਜ਼ ਬੋਲ ਰਿਹਾ ਜੀ, ਤੁਸੀਂ ਮੇਰੇ ਯੂਟਿਊਬ 'ਤੇ ਵੀਡੀਓ ਕੱਢ ਕੇ ਦੇਖ ਲਓ, ਕਿਸਾਨੀ ਬਾਰੇ ਮੈਂ ਹਰ ਵਾਰ ਜਦੋਂ ਕਿਸਾਨੀ 'ਤੇ ਡਿਬੇਟ ਹੋਈ ਹੈ ਮੈਂ ਕਹੀ ਜਾਂਦਾ ਵੀ ਜਿਹੜਾ ਜਿਹਨੇ ਹਰੀ ਕ੍ਰਾਂਤੀ ਲਿਆਂਦੀ ਸੀ, ਜਦੋਂ ਮੁਲਕ ਮੰਗਾਉਂਦਾ ਹੁੰਦਾ ਸੀ ਕਣਕ ਬਾਹਰੋਂ, ਉਦੋਂ ਪੰਜਾਬ ਦੇ ਕਿਸਾਨ ਨੇ ਧਰਤੀ 'ਚੋਂ ਸੋਨਾ ਗਾਇਆ, ਦੇਸ਼ ਦੇ ਭੰਡਾਰ ਭਰਤੇ, ਠੀਕ ਹੈ ਜੀ, ਅਨਾਜ ਦੇ। ਅਤੇ ਅੱਜ ਜੇ ਅਸੀਂ ਸੰਕਟ 'ਚ, ਸਾਡੀ ਬਾਂਹ ਫੜੋ ਫਿਰ ਹੁਣ, ਅਤੇ ਹਰੀ ਕ੍ਰਾਂਤੀ ਨੇ ਤਾਂ ਸਾਡੀ ਧਰਤੀ ਖਾ ਲਈ, 500 ਫੁੱਟ 'ਤੇ ਅਸੀਂ ਪਾਣੀ ਲੈ ਗਏ ਆਪਦਾ, ਠੀਕ ਹੈ ਜੀ, ਮਾਰੂਥਲ ਬਣਨ ਜਾ ਰਹੇ ਹਾਂ ਅਗਲੇ 25 ਸਾਲ 'ਚ। ਸੋ ਤੁਸੀਂ ਨਾ ਤਾਂ ਸਾਡੀ ਕੋਈ ਖੇਤੀ ਦਾ, ਤੁਸੀਂ ਸਾਡਾ ਹੱਡ 'ਤੇ ਕੋਈ ਕਰਦੇ ਹੋ, ਕੋਈ ਮਾਰਕੀਟਿੰਗ ਦੇ ਦਿਓ, ਜਿਹੜਾ MSP ਦੇ ਦਿਓ, ਬਾਜਰਾ ਬੀਜ ਲਾਂਗੇ ਇੱਥੇ ਅਸੀਂ, ਸੂਰਜਮੁਖੀ ਬੀਜ ਲਾਂਗੇ, ਦਾਲਾਂ ਬੀਜ ਲਾਂਗੇ ਸੂਰਜਮੁਖੀ, ਜੋ ਮਰਜ਼ੀ, ਧਰਤੀ ਇੰਨੀ ਉਪਜਾਊ ਹੈ, ਜੋ ਮਰਜ਼ੀ ਬੀਜ ਦਿਓ, ਥੋੜ੍ਹੀ ਸਿੱਲ ਚਾਹੀਦੀ, ਉੱਗ ਪੈਂਦਾ, ਸਬਜ਼ੀਆਂ ਲਾ ਲਾਂਗੇ, ਫਲ ਲਾ ਲਾਂਗੇ, ਪਰ ਉਹਦੀ ਕੋਈ ਸਾਨੂੰ ਮੱਕੀ ਬੀਜ ਲਾਂਗੇ ਅਤੇ ਸਾਨੂੰ ਕੋਈ ਉਹਦੀ MSP ਤਾਂ ਦਿਓ ਨਾ, ਵੇਚ ਕੇ ਕਿੱਥੇ ਆਵਾਂਗੇ ਉਹਨੂੰ ਅਸੀਂ, ਤਾਂ ਝੋਨਾ ਲੱਗ ਰਿਹਾ। ਨਹੀਂ ਜੀ, ਮੈਂ ਤਾਂ ਚਾਹੂੰਗਾ ਕਿ ਇਹਨਾਂ ਨੂੰ ਕੰਪਨਸੇਸ਼ਨ ਦੇਣਾ ਚਾਹੀਦਾ ਗੌਰਮੈਂਟ ਨੂੰ, ਕਿ ਸਾਰਾ ਕਰਜ਼ਾ ਮਾਫ਼ ਕਰਕੇ ਬਲਕਿ ਇਸ ਪਰਿਵਾਰ ਨੂੰ ਲੀਹ 'ਤੇ ਲਿਆਉਣ ਵਾਸਤੇ ਸਰਕਾਰ ਨੂੰ ਹੈਲਪ ਵੀ ਕਰਨੀ ਚਾਹੀਦੀ ਹੈ ਆਰਥਿਕ ਤੌਰ 'ਤੇ।